ਜੇ ਚਿੱਟਾ ਲੈਣਾ ਤਾਂ ਇੱਥੇ ਆਓ। ਇਸ ਸ਼ਹਿਰ ਦੀਆਂ ਦੀਵਾਰਾਂ ਤੇ ਲਿਖਿਆ ਚਿੱਟਾ ਵੇਚਣ ਵਾਲਿਆਂ ਦਾ ਐਡਰੈਸ। ਖਰੀਦਣ ਵਾਲੇ ਪਹੁੰਚਦੇ ਨੇ ਪਰ ਪੁਲਿਸ ਹਾਲੇ ਤੱਕ ਨਹੀਂ ਪਹੁੰਚੀ। ਇਸ ਸ਼ਹਿਰ ਦੇ ਲੋਕਾਂ ਦੇ ਇਲਜ਼ਾਮ ਨੇ ਪੁਲਿਸ ਦੇ ਉੱਤੇ ਕਿ ਪੁਲਿਸ ਚਿੱਟਾ ਵੇਚਣ ਵਾਲਿਆਂ ਦਾ ਐਡਰੈਸ ਤੱਕ ਜਾਣਦੀ ਹੈ ਪਰ ਛਾਪੇ ਨਹੀਂ ਮਾਰਦੀ ਤੇ ਨਾ ਹੀ ਕੋਈ ਗ੍ਰਿਫਤਾਰੀ ਕਰਦੀ ਆ। ਤਾਂ ਗੱਲ ਕਰਦੇ ਹਾਂ ਪੰਜਾਬ ਦੇ ਬਠਿੰਡਾ ਸ਼ਹਿਰ ਦੀ, ਜਿੱਥੇ ਲੋਕ ਚਿੱਟੇ ਤੋਂ ਇੰਨੇ ਜ਼ਿਆਦਾ ਪਰੇਸ਼ਾਨ ਹੋ ਗਏ ਨੇ ਕਿਉਂਕਿ ਲੋਕਾਂ ਦੇ ਘਰਾਂ ਦੇ ਚਿਰਾਗ ਬੁੱਝ ਚੁੱਕੇ ਨੇ। ਨੌਜਵਾਨ ਮੁੰਡੇ ਚਿੱਟੇ 'ਚ ਪੈ ਕੇ ਆਪਣੀ ਪੂਰੀ ਜ਼ਿੰਦਗੀ ਬਰਬਾਦ ਕਰ ਲੈਂਦੇ ਨੇ, ਆਪਣਾ ਫਿਊਚਰ ਕਰੀਅਰ ਸਭ ਕੁਝ ਬਰਬਾਦ ਕਰ ਲੈਂਦੇ ਨੇ ਇੱਕ ਚਿੱਟੇ ਦੇ ਚੱਕਰ 'ਚ। ਪੰਜਾਬ ਸਰਕਾਰ ਤੋਂ ਅਤੇ ਪੰਜਾਬ ਪੁਲਿਸ ਤੋਂ ਲੋਕ ਇਹੀ ਮੰਗ ਕਰਦੇ ਨੇ ਕਿ ਉਹਨਾਂ ਦੇ ਇਲਾਕੇ ਦੇ ਵਿੱਚ ਚਿੱਟਾ ਖਤਮ ਹੋ ਜਾਵੇ, ਪਰ ਚਿੱਟਾ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਤਾਂ ਹੁਣ ਲੋਕਾਂ ਨੇ ਆਪ ਇੱਕ ਹੱਲ ਕੱਢਿਆ ਹੈ। ਲੋਕਾਂ ਨੇ ਦੀਵਾਰਾਂ 'ਤੇ ਲਿਖ ਦਿੱਤਾ ਹੈ ਕਿ ਚਿੱਟਾ ਲੈਣਾ ਤਾਂ ਇੱਥੇ ਆਓ, ਇੱਥੇ ਚਿੱਟਾ ਮਿਲਦਾ ਹੈ। ਥਾਂ ਥਾਂ 'ਤੇ ਇਹ ਪੋਸਟਰ ਲਗਾਏ ਗਏ ਅਤੇ ਤੁਸੀਂ ਦੇਖੋ ਪੋਸਟਰ ਦੇ ਉੱਤੇ ਇੱਕ ਐਰੋ ਬਣਿਆ ਹੋਇਆ ਹੈ। ਐਰੋ ਯਾਨੀ ਕਿ ਤੁਹਾਨੂੰ ਦਿਸ਼ਾ ਦਿਖਾ ਰਿਹਾ ਹੈ। ਇਹ ਉਸ ਗਲੀ ਤੱਕ ਲੈ ਕੇ ਪਹੁੰਚਦਾ ਹੈ ਐਰੋ ਜਿੱਥੇ ਗਲੀ ਦੇ ਵਿੱਚ ਸ਼ਰੇਆਮ ਚਿੱਟਾ ਵੇਚਿਆ ਜਾਂਦਾ ਹੈ। ਇਸ ਨੂੰ ਦੇਖ ਕੇ ਲੋਕ ਸ਼ਰਮਿੰਦਾ ਤਾਂ ਹੋ ਰਹੇ ਨੇ, ਉਸ ਗਲੀ ਦੇ ਵਿੱਚ ਜਿਹੜੇ ਹੋਰ ਲੋਕ ਰਹਿੰਦੇ ਨੇ ਜਿਹੜੇ ਚਿੱਟਾ ਨਹੀਂ ਵੇਚਦੇ ਉਹਨਾਂ ਨੂੰ ਸ਼ਰਮ ਆ ਰਹੀ ਹੈ, ਪਰ ਚਿੱਟਾ ਵੇਚਣ ਵਾਲਿਆਂ ਨੂੰ ਬਿਲਕੁਲ ਸ਼ਰਮ ਨਹੀਂ ਆ ਰਹੀ। ਉਹਨਾਂ ਨੂੰ ਸਿਰਫ ਪੈਸਾ ਦਿਖ ਰਿਹਾ ਹੈ ਕਿਉਂਕਿ ਉਹਨਾਂ ਨੂੰ ਇਹ ਨਹੀਂ ਦਿਖ ਰਿਹਾ ਕਿ ਪੂਰਾ ਮੁਹੱਲਾ ਉਹਨਾਂ ਦੇ ਵਿਰੁੱਧ ਹੋ ਗਿਆ ਹੈ, ਅਤੇ ਪੁਲਿਸ ਨੂੰ ਵੀ ਇਹ ਨਹੀਂ ਦਿਖ ਰਿਹਾ ਕਿ ਦੀਵਾਰਾਂ ਦੇ ਉੱਤੇ ਪੋਸਟਰ ਲੱਗ ਗਏ ਨੇ ਕਿ ਚਿੱਟਾ ਇਸ ਗਲੀ 'ਚ ਮਿਲਦਾ ਹੈ ਅਤੇ ਜਾ ਕੇ ਰੇਡ ਕਰੀਏ। ਪੁਲਿਸ ਦੇ ਵੱਲੋਂ ਵੀ ਕੋਈ ਰੇਡ ਨਹੀਂ ਕੀਤੀ ਗਈ, ਤਾਂ ਕਰਕੇ ਹੁਣ ਬਠਿੰਡਾ ਦੇ ਲੋਕਾਂ ਨੇ ਇਹ ਆਪ ਹੀ ਕਦਮ ਚੁੱਕਿਆ ਅਤੇ ਗਲੀਆਂ ਦੇ ਦੀਵਾਰਾਂ ਦੇ ਉੱਤੇ ਲਗਾ ਦਿੱਤਾ ਕਿ ਚਿੱਟਾ ਇੱਥੇ ਮਿਲਦਾ। ਦੋ ਮੁੰਡੇ ਬਾਈਕ 'ਤੇ ਸੀਗੇ ਜੀ, ਫੋਨ ਖੋਹਣ ਦੀ ਕੋਸ਼ਿਸ਼ ਕੀਤੀ ਪਰ ਉਹ ਫੋਨ ਨਹੀਂ ਖੋਹ ਸਕੇ ਹੈਗੇ। ਮੇਰੇ ਹੱਥੋਂ ਫੋਨ ਗਿਰ ਗਿਆ ਤਾਂ ਉਹਨਾਂ ਨੇ ਮੇਰੇ ਪੇਟ ਦੇ ਵਿੱਚ ਦੋ ਮੁੱਕੇ ਮਾਰੇ ਹੈਗੇ ਆ, ਤਾਂ ਮੈਂ ਡਰ ਗਈ ਇੱਕਦਮ ਘਬਰਾ ਕੇ। ਜਦੋਂ ਮੈਂ ਘਰੇ ਗਈ ਤਾਂ ਮੈਂ ਘਰੇ ਜਾ ਕੇ ਜਦੋਂ ਦੱਸਿਆ ਤਾਂ ਮੇਰੇ ਹਸਬੈਂਡ ਉਹਨਾਂ ਦੇ ਮਗਰ ਵੀ ਗਏ ਆ, ਬਟ ਉਹ ਦੋ ਮੁੰਡੇ ਪਤਾ ਨਹੀਂ ਲੱਗ ਸਕੇ ਕਿ ਕੌਣ ਸੀ ਕੌਣ ਨਹੀਂ। ਇਹ ਹੈ ਨਸ਼ੇ ਵਾਲੇ ਹੀ ਸੀਗੇ ਜੀ, ਬਹੁਤ ਗਲੀ ਦਾ ਸੱਤਿਆਨਾਸ਼ ਕਰ ਰੱਖਿਆ ਸਾਡੀ ਦਾ। ਕੰਪਲੇਂਟ ਨਹੀਂ ਲਿਖਵਾਈ ਜੀ ਕਿਉਂਕਿ ਅਸੀਂ CCTV ਦੀ ਫੁਟੇਜ ਭਾਲਦੇ ਪਏ ਸੀਗੇ, ਫੁਟੇਜ ਮਿਲੀ ਨਹੀਂ ਗੀ ਸਾਨੂੰ। ਕੰਪਲੇਂਟ ਅਸੀਂ ਲਿਖਵਾਉਣ ਨਹੀਂ ਗਏ ਹੈਗੇ ਹਜੇ। ਚਿੱਟਾ ਇੱਥੇ ਵਿਕਦਾ ਜੀ, ਨਸ਼ੇ 'ਚ ਛੋਟੇ ਛੋਟੇ ਬੱਚੇ ਹੱਦ ਤੋਂ ਵੱਧ ਨਸ਼ਾ ਕਰਨ ਨਾਲ ਹੋਏ ਪਏ ਹੈਗੇ ਆ, ਖਰਾਬ ਬਹੁਤ ਜਾਣਿਆਂ ਦੀਆਂ ਜਾਨਾਂ ਵੀ ਜਾ ਰਹੀਆਂ ਨੇ। ਛੋਟੇ ਛੋਟੇ ਬੱਚੇ ਹੈਗੇ ਜਿਨ੍ਹਾਂ ਦੀਆਂ ਜਾਨਾਂ ਜਾਈ ਜਾਂਦੀਆਂ ਨੇ। ਬਿਲਕੁਲ ਦੇਵਾਂਗੇ ਜੀ, ਬਿਲਕੁਲ ਸਾਰੇ ਮਹੱਲੇ ਦੇ ਨਾਲ ਹੈ ਜੀ, ਅਸੀਂ ਇਸ ਨਸ਼ੇ ਨੂੰ ਇੱਥੋਂ ਖਤਮ ਕੀਤਾ ਜਾਵੇ। ਦੇਖੋ ਜੀ, ਮੇਰਾ ਨਾਮ ਲੱਕੀ ਸ਼ਰਮਾ ਜੀ, ਮਿੰਨੀ ਸੈਕਟਰੀਏਟ ਰੋਡ, ਗਲੀ ਨੰਬਰ 9 ਜੀ। ਮਸਲਾ ਇੱਥੇ ਚਿੱਟਾ ਜਿਹੜਾ ਹੈਗਾ ਜੀ, ਉਹ ਸ਼ਰੇਆਮ ਵਿਕ ਰਿਹਾ ਹੈਗਾ, ਖਿੱਲਾਂ ਵਾਂਗੂ ਵਿਕਦਾ ਹੈਗਾ, ਔਰ ਅਡਿਕਟ ਇੰਨੇ ਆ। ਛੋਟੇ ਛੋਟੇ ਬੱਚੇ ਜਿਹੜੇ ਹੁਣ ਤਾਂ 14-14 ਸਾਲਾਂ ਦੇ ਬੱਚੇ ਵੀ ਆਉਣ ਲੱਗ ਗਏ, ਕੁੜੀਆਂ ਆਉਂਦੀਆਂ 14-14 ਸਾਲਾਂ ਦੀ, ਬਹੁਤ ਪਰੇਸ਼ਾਨ ਆ ਸੀ ਉਹਨਾਂ ਤੋਂ ਜੀ। ਤੁਹਾਡੇ ਵੱਲੋਂ ਪੋਸਟਰ ਲਾਏ ਗਏ ਸੀ, ਪੱਟੇ ਕਿਹਨੇ ਹੈਗੇ? ਪੱਟੇ ਜਿਹੜੇ ਹੈਗੇ, ਜਿਹੜੇ ਉਹਨਾਂ ਨੇ ਆਪਦੇ ਰੱਖੇ ਹੋਏ ਆ ਮੁੰਡੇ ਜਿਹੜੇ ਸਪਲਾਈ ਕਰਦੇ ਆ ਇਹਨਾਂ ਦੀ, ਉਹਨਾਂ ਨੇ। ਅਤੇ ਇੱਕ ਸਾਨੂੰ ਰਾਤ ਨੂੰ ਪਤਾ ਲੱਗਿਆ, ਮੁੰਡੇ ਇੱਥੇ ਖੜ੍ਹੇ ਸੀ ਮੁਹੱਲੇ ਦੇ, ਦੋ ਪੁਲਿਸ ਮੁਲਾਜ਼ਮ ਵਰਦੀ ਦੇ ਵਿੱਚ, ਸਿਵਲ ਦੇ ਵਿੱਚ ਆਇਆ ਉਹ, ਅਤੇ ਉਹ ਉਤਾਰ ਕੇ ਗਿਆ। ਉਹ ਬਾਈ ਫੇਸ ਉਹਨੂੰ ਜਾਣਦੇ ਵੀ ਹੈ ਮੁਲਾਜ਼ਮ ਨੂੰ। ਸਭ ਤੋਂ ਪਹਿਲਾਂ ਜੀ, ਮੇਰਾ ਨਾਮ ਸਾਗਰ ਸ਼ਰਮਾ ਹੈ, ਮੁਹੱਲਾ ਮਿੰਨੀ ਸੈਕਟਰੀਏਟ ਰੋਡ, ਗਲੀ ਨੰਬਰ 9B। ਇਹ ਪੋਸਟਰ ਅਸੀਂ ਇਹ ਲਾ ਰਹੇ ਹਾਂ ਵੀ ਚਿੱਟਾ ਇੱਥੇ ਸਰੇਆਮ ਮਿਲਦਾ, ਸਰੇਆਮ ਵਿਕ ਰਿਹਾ। ਪ੍ਰਸ਼ਾਸਨ ਇਹ 'ਤੇ ਕੋਈ ਨੱਥ ਨਹੀਂ ਪਾ ਰਿਹਾ, ਕੋਈ ਠੱਲ ਨਹੀਂ ਪਾ ਰਿਹਾ। ਤੁਸੀਂ ਦੇਖ ਸਕਦੇ ਹੋ, ਥੋੜ੍ਹੇ ਟਾਈਮ ਤੱਕ ਆ ਕੇ ਦੇਖ ਲਓ। ਇਹ ਤਾਂ ਚਲੋ ਠੀਕ ਹੈ, ਕੱਲ੍ਹ ਅਸੀਂ ਆਵਾਜ਼ ਉਠਾਈ ਆ, ਉਹਦੇ ਕਾਰਨ ਅੱਜ ਕੋਈ ਗਲੀ 'ਚ ਇੰਨੀ ਚਹਿਲ ਪਹਿਲ ਹੈ ਨਹੀਂ ਗੀ।
ਤੇ ਤੁਸੀਂ ਥੋੜੇ ਦਿਨਾਂ ਨੂੰ ਦੇਖ ਸਕਦੇ ਹੋ, ਅਗਰ ਪ੍ਰਸ਼ਾਸਨ ਨਹੀਂ ਕਾਰਵਾਈ ਕਰਦਾ ਤਾਂ ਤੁਸੀਂ ਦੁਬਾਰਾ ਦੇਖ ਸਕਦੇ ਹੋ। ਇੱਥੇ ਆ ਕੇ ਲੋਕਾਂ ਨੇ ਫਿਰ ਰੋਮੀ ਜਿਹੜੇ ਨਸ਼ੇੜੀ ਆ ਗਲੀ 'ਚ ਸਾਡੇ 24 ਘੰਟੇ ਘੁੰਮਦੇ ਆ, ਅਤੇ ਸਾਡੇ ਜਿਹੜੇ ਘਰ ਜਿਹੜੇ ਸਾਡੇ ਘਰ ਹੈ ਉਹ ਸਭ ਉਹਨਾਂ ਦੇ ਬੰਦੇ ਕੰਮਾਂ 'ਤੇ ਚੱਲੇ ਜਾਂਦੇ ਆ। ਉਦੋਂ ਬਾਅਦ ਉਹ ਜਨਾਨੀਆਂ ਜਿਹੜੀਆਂ ਉਹ ਘਰੇ ਇਕੱਲੀਆਂ ਹੁੰਦੀਆਂ, ਅਤੇ ਸਾਨੂੰ ਇਹਨਾਂ ਤੋਂ ਇਹ ਖਤਰਾ ਵੀ ਕੱਲ੍ਹ ਨੂੰ ਇਹ 4 ਨਸ਼ੇੜੀ ਵੜ ਕੇ ਸਾਡੇ ਘਰੇ ਕੋਈ ਵੀ ਗੱਲਬਾਤ ਕਰਦੇ ਆ ਤਾਂ ਕੌਣ ਜ਼ਿੰਮੇਵਾਰ ਹੈ ਇਹਦਾ? ਘਟਨਾਵਾਂ ਵੀ ਹੋਈਆਂ ਇਸ ਗਲੀ 'ਚ? ਬਿਲਕੁਲ ਹੋਈਆਂ ਜੀ, 20 ਵਾਰੀ ਲੜਾਈ ਹੋਈ ਆ। ਰਾਤ ਦੇ 3-3 ਵਜੇ ਤੱਕ ਚਿੱਟਾ ਵੇਚਣ ਵਾਲਿਆਂ ਦਾ ਬਾਹਰ ਖੜਕਾਈ ਜਾਂਦੇ ਆ ਲੋਕ ਵੀ ਭਾਈ ਸਾਨੂੰ ਚਿੱਟਾ ਦਿਓ। ਕੁੜੀਆਂ ਵੀ ਆਉਂਦੀਆਂ ਇੱਥੇ, ਬਸ ਬਹੁਤ ਬੁਰਾ ਹਾਲ ਆ। ਲੋਕ ਬਹੁਤ ਤਰ੍ਹਾਂ ਦੇ ਆਉਂਦੇ ਆ, ਵਕੀਲ ਵੀ ਆਉਂਦੇ ਆ, ਪੁਲਿਸ ਮੁਲਾਜ਼ਮ ਵੀ ਆਉਂਦੇ ਆ, ਕੁੜੀਆਂ ਵੀ ਆਉਂਦੀਆਂ, ਸਭ ਤਰ੍ਹਾਂ ਦੇ ਲੋਕ ਆਉਂਦੇ ਆ। ਪਰ ਮੈਂ ਆਵਾਜ਼ ਇਸ ਲਈ ਉਠਾਈ ਹੈ ਵੀ ਦੇਖੋ, ਮੈਂ ਖੁਦ ਨਸ਼ਾ ਕਰਦਾ ਰਿਹਾ, ਮੈਂ ਇਸ ਦਲਦਲ 'ਚ ਫਸਿਆ ਰਿਹਾ, ਪਰ ਮੇਰੇ ਪਿੱਛੇ ਜੇ ਮੇਰੇ ਫਰੈਂਡ ਦੀ ਡੈਥ ਹੋਈ ਹੈ, ਜਿਹਦੇ ਕਰਕੇ ਮੈਂ ਸਹੀ ਰਾਹ 'ਤੇ, ਮੈਨੂੰ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਾ ਜਿਹਨੇ ਮੈਨੂੰ ਸਹੀ ਰਾਹ ਦਿਖਾਇਆ, ਸਹੀ ਰਾਹ 'ਤੇ ਤੋਰਿਆ। ਮੈਂ ਉਹ 'ਤੇ ਯਕੀਨ ਰੱਖ ਕੇ ਮੈਂ ਆਵਾਜ਼ ਉਠਾ ਰਿਹਾ, ਸਾਰਾ ਮੁਹੱਲਾ ਨਿਵਾਸੀ ਮੇਰੇ ਨਾਲ ਹੈ। ਪੁਲਿਸ ਕੋਲੇ ਸਾਡਾ ਮੁਹੱਲਾ 20 ਵਾਰੀ ਜਾ ਕੇ ਕੰਪਲੇਟਾਂ ਦੇ ਆਇਆ, ਕੰਪਲੇਟਾਂ ਕਰਿਆ ਆ। ਪੁਲਿਸ ਵਾਲੇ ਆਉਂਦੇ ਆ, ਸੁਬਹ ਲੈ ਜਾਂਦੇ ਆ, ਸ਼ਾਮ ਨੂੰ ਛੱਡ ਜਾਂਦੇ ਆ, ਕੋਈ ਕਾਰਵਾਈ ਨਹੀਂ ਹੁੰਦੀ। ਇਸ ਲਈ ਅਸੀਂ ਆਪਣੀ ਐਪਲੀਕੇਸ਼ਨ ਲਿਆਈ ਆ, ਉਹਦੇ ਪਈਆ ਰੱਖ ਲਏ। ਸਭ ਤੋਂ ਪਹਿਲਾਂ ਜੀ, ਮੇਰਾ ਨਾਮ ਸਾਗਰ ਸ਼ਰਮਾ ਹੈ, ਮੁਹੱਲਾ ਮਿੰਨੀ ਸੈਕਟਰੀਏਟ ਰੋਡ, ਗਲੀ ਨੰਬਰ 9B। ਇਹ ਪੋਸਟਰ ਅਸੀਂ ਇਹ ਲਾ ਰਹੇ ਹਾਂ ਵੀ ਚਿੱਟਾ ਇੱਥੇ ਸਰੇਆਮ ਮਿਲਦਾ, ਸਰੇਆਮ ਵਿਕ ਰਿਹਾ। ਪ੍ਰਸ਼ਾਸਨ ਇਹਤੇ ਕੋਈ ਨੱਥ ਨਹੀਂ ਪਾ ਰਿਹਾ, ਕੋਈ ਠੱਲ ਨਹੀਂ ਪਾ ਰਿਹਾ। ਤੁਸੀਂ ਦੇਖ ਸਕਦੇ ਹੋ, ਥੋੜ੍ਹੇ ਟਾਈਮ ਤੱਕ ਆ ਕੇ ਦੇਖ ਲਓ। ਇਹ ਤਾਂ ਚਲੋ ਠੀਕ ਹੈ, ਕੱਲ੍ਹ ਅਸੀਂ ਆਵਾਜ਼ ਉਠਾਈ ਹੈ, ਉਹਦੇ ਕਾਰਨ ਅੱਜ ਕੋਈ ਗਲੀ 'ਚ ਇੰਨੀ ਚਹਿਲ ਪਹਿਲ ਹੈ ਨਹੀਂ ਗੀ। ਅਤੇ ਤੁਸੀਂ ਥੋੜ੍ਹੇ ਦਿਨਾਂ ਨੂੰ ਦੇਖ ਸਕਦੇ ਹੋ, ਅਗਰ ਪ੍ਰਸ਼ਾਸਨ ਨਹੀਂ ਕਾਰਵਾਈ ਕਰਦਾ ਤਾਂ ਤੁਸੀਂ ਦੁਬਾਰਾ ਦੇਖ ਸਕਦੇ ਹੋ। ਇੱਥੇ ਆ ਕੇ ਲੋਕਾਂ ਨੇ ਫਿਰ ਰੋਮੀ ਜਿਹੜੇ ਨਸ਼ੇੜੀ ਆ ਗਲੀ 'ਚ ਸਾਡੇ 24 ਘੰਟੇ ਘੁੰਮਦੇ ਆ, ਅਤੇ ਸਾਡੇ ਜਿਹੜੇ ਸਾਡੇ ਘਰ ਹੈ ਉਹ ਸਭ ਉਹਨਾਂ ਦੇ ਬੰਦੇ ਕੰਮਾਂ 'ਤੇ ਚੱਲੇ ਜਾਂਦੇ ਆ। ਉਦੋਂ ਬਾਅਦ ਉਹ ਜਨਾਨੀਆਂ ਜਿਹੜੀਆਂ ਉਹ ਘਰੇ ਇਕੱਲੀਆਂ ਹੁੰਦੀਆਂ, ਅਤੇ ਸਾਨੂੰ ਇਹਨਾਂ ਤੋਂ ਇਹ ਖਤਰਾ ਵੀ ਕੱਲ੍ਹ ਨੂੰ ਇਹ 4 ਨਸ਼ੇੜੀ ਵੜ ਕੇ ਸਾਡੇ ਘਰੇ ਕੋਈ ਵੀ ਗੱਲਬਾਤ ਕਰਦੇ ਆ ਤਾਂ ਕੌਣ ਜ਼ਿੰਮੇਵਾਰ ਹੈ ਇਹਦਾ? ਘਟਨਾਵਾਂ ਵੀ ਹੋਈਆਂ ਇਸ ਗਲੀ 'ਚ? ਬਿਲਕੁਲ ਹੋਈਆਂ ਜੀ, 20 ਵਾਰੀ ਲੜਾਈ ਹੋਈ ਆ। ਰਾਤ ਦੇ 3-3 ਵਜੇ ਤੱਕ ਚਿੱਟਾ ਵੇਚਣ ਵਾਲਿਆਂ ਦਾ ਬਾਹਰ ਖੜਕਾਈ ਜਾਂਦੇ ਆ ਲੋਕ ਵੀ ਭਾਈ ਸਾਨੂੰ ਚਿੱਟਾ ਦਿਓ। ਕੁੜੀਆਂ ਵੀ ਆਉਂਦੀਆਂ ਇੱਥੇ, ਬਸ ਬਹੁਤ ਬੁਰਾ ਹਾਲ ਆ। ਲੋਕ ਬਹੁਤ ਤਰ੍ਹਾਂ ਦੇ ਆਉਂਦੇ ਆ, ਵਕੀਲ ਵੀ ਆਉਂਦੇ ਆ, ਪੁਲਿਸ ਮੁਲਾਜ਼ਮ ਵੀ ਆਉਂਦੇ ਆ, ਕੁੜੀਆਂ ਵੀ ਆਉਂਦੀਆਂ, ਸਭ ਤਰ੍ਹਾਂ ਦੇ ਲੋਕ ਆਉਂਦੇ ਆ। ਪਰ ਮੈਂ ਆਵਾਜ਼ ਇਸ ਲਈ ਉਠਾਈ ਹੈ ਵੀ ਦੇਖੋ, ਮੈਂ ਖੁਦ ਨਸ਼ਾ ਕਰਦਾ ਰਿਹਾ, ਮੈਂ ਇਸ ਦਲਦਲ 'ਚ ਫਸਿਆ ਰਿਹਾ, ਪਰ ਮੇਰੇ ਪਿੱਛੇ ਜੇ ਮੇਰੇ ਫਰੈਂਡ ਦੀ ਡੈਥ ਹੋਈ ਹੈ, ਜਿਹਦੇ ਕਰਕੇ ਮੈਂ ਸਹੀ ਰਾਹ 'ਤੇ, ਮੈਨੂੰ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਾ ਜਿਹਨੇ ਮੈਨੂੰ ਸਹੀ ਰਾਹ ਦਿਖਾਇਆ, ਸਹੀ ਰਾਹ 'ਤੇ ਤੋਰਿਆ। ਮੈਂ ਉਹ 'ਤੇ ਯਕੀਨ ਰੱਖ ਕੇ ਮੈਂ ਆਵਾਜ਼ ਉਠਾ ਰਿਹਾ, ਸਾਰਾ ਮੁਹੱਲਾ ਨਿਵਾਸੀ ਮੇਰੇ ਨਾਲ ਹੈ। ਪੁਲਿਸ ਕੋਲੇ ਸਾਡਾ ਮੁਹੱਲਾ 20 ਵਾਰੀ ਜਾ ਕੇ ਕੰਪਲੇਟਾਂ ਦੇ ਆਇਆ, ਕੰਪਲੇਟਾਂ ਕਰਿਆ ਆ। ਪੁਲਿਸ ਵਾਲੇ ਆਉਂਦੇ ਆ, ਸੁਬਹ ਲੈ ਜਾਂਦੇ ਆ, ਸ਼ਾਮ ਨੂੰ ਛੱਡ ਜਾਂਦੇ ਆ, ਕੋਈ ਕਾਰਵਾਈ ਨਹੀਂ ਹੁੰਦੀ। ਇਸ ਲਈ ਅਸੀਂ ਆਪਣੀ ਐਪਲੀਕੇਸ਼ਨ ਲਿਆਈ ਹਾਂ। ਘਰ ਦੇਖੋ ਜੀ, ਘਰ ਤਾਂ 2-3 ਹੀ ਆ, ਪਰ ਉਹਨਾਂ ਨੇ ਗਾਂਹ ਥੱਲੇ ਬੰਦੇ ਰੱਖੇ ਹੋਏ ਆ, ਉਹਨਾਂ ਨੂੰ ਫ੍ਰੀ ਦੇ ਦਿੰਦੇ ਆ, ਨਸ਼ਾ ਪਿਆ ਦਿੰਦੇ ਆ, ਅਤੇ ਉਹਨਾਂ ਨੂੰ ਕਹਿੰਦੇ ਆ ਵੀ ਤੁਸੀਂ ਸਾਡਾ ਤੁਰ ਫਿਰ ਕੇ ਨਸ਼ਾ ਵੇਚੋ ਗਲੀ ਦੇ ਵਿੱਚ। ਮੈਨੂੰ ਰੋਜ਼ ਲਾਲਚ ਦੇ ਰਹੇ ਆ, ਉਹ ਰੋਜ਼ ਲਾਲਚ ਦੇ ਰਹੇ ਆ ਵੀ ਸਾਡੇ ਤੋਂ ਪੈਸੇ ਲੈ ਲਾ, ਸਾਡੇ ਤੋਂ ਨਸ਼ਾ ਲੈ ਲਾ, ਪਰ ਸਾਡੇ ਖਿਲਾਫ਼ ਬੋਲਣਾ।
ਪਰ ਮੈਂ ਉਹਨਾਂ ਨੂੰ ਇਹੀ ਗੱਲ ਕਹੀ ਹੈ ਵੀ ਦੇਖੋ ਮੈਂ ਆਪਦੇ ਲਾਲਚ ਪਿੱਛੇ ਆਪਦੀ ਜਿਹੜੀ ਸਾਡੀ ਆਉਣ ਵਾਲੀ ਨੌਜਵਾਨ ਪਨੀਰੀ ਹੈ, ਜਵਾਕ ਹੈ, ਬੱਚੇ ਹੈ, ਮੈਂ ਉਹਨਾਂ ਨੂੰ ਬਰਬਾਦ ਨਹੀਂ ਹੋਣ ਦੇਣਾ। ਘਰ ਦੇਖੋ ਜੀ, ਘਰ ਤਾਂ ਦੋ ਤਿੰਨ ਹੀ ਹੈ, ਪਰ ਉਹਨਾਂ ਨੇ ਗਾਂਹ ਥੱਲੇ ਬੰਦੇ ਰੱਖੇ ਹੋਏ ਆ, ਉਹਨਾਂ ਨੂੰ ਫ੍ਰੀ ਦੇ ਦਿੰਦੇ ਆ, ਨਸ਼ਾ ਪਿਆ ਦਿੰਦੇ ਆ, ਅਤੇ ਉਹਨਾਂ ਨੂੰ ਕਹਿੰਦੇ ਆ ਵੀ ਤੁਸੀਂ ਸਾਡਾ ਤੁਰ ਫਿਰ ਕੇ ਨਸ਼ਾ ਵੇਚੋ ਗਲੀ ਦੇ ਵਿੱਚ। ਮੈਨੂੰ ਰੋਜ਼ ਲਾਲਚ ਦੇ ਰਹੇ ਆ, ਉਹ ਰੋਜ਼ ਲਾਲਚ ਦੇ ਰਹੇ ਆ ਵੀ ਸਾਡੇ ਤੋਂ ਪੈਸੇ ਲੈ ਲਾ, ਸਾਡੇ ਤੋਂ ਨਸ਼ਾ ਲੈ ਲਾ, ਪਰ ਸਾਡੇ ਖਿਲਾਫ਼ ਬੋਲਣਾ। ਪਰ ਮੈਂ ਉਹਨਾਂ ਨੂੰ ਇਹੀ ਗੱਲ ਕਹੀ ਹੈ ਵੀ ਦੇਖੋ ਮੈਂ ਆਪਦੇ ਲਾਲਚ ਪਿੱਛੇ ਆਪਦੀ ਜਿਹੜੀ ਸਾਡੀ ਆਉਣ ਵਾਲੀ ਨੌਜਵਾਨ ਪਨੀਰੀ ਹੈ, ਜਵਾਕ ਹੈ, ਬੱਚੇ ਹੈ, ਮੈਂ ਉਹਨਾਂ ਨੂੰ ਬਰਬਾਦ ਨਹੀਂ ਹੋਣ ਦੇਣਾ।